ਘਿਓੜ ਨਹੀਂ ਕਰ ਸਕੇ। ਸੁਣ ਸੁਣ ਕੇ ਜਗਦੇ ਹੋਏ ਕੀ ਬੜਾਈ, ਰਾਜਾ ਜੈਸਨ ਬੜੋ ਪਰੇਸ਼ਾਨ ਹੋ ਜਾਇਆ। ਔਰ ਦੁਰਗਾ ਨੇ ਕਹੇ ਕਿ ਬਾਤ ਜ਼ਿਆਦਾ ਕਿਉਂ ਕਰਤੀ, ਬਾਛਣੀ ਕਰਤੀ ਕਿਉਂ ਇਤਨਾ ਵਿਚਾਰ, ਜਗਦੇਵ ਇੱਕ ਦੇ ਤੂੰ ਮੈਂ ਦੂ ਇੱਕ ਆ ਚਾਰ, ਜਾਂ ਜਗਦੇਵ ਕੋਨੂੰ ਦਾਨ ਲਈ ਪਾਛੇ ਆ ਕਿ ਮੇਰੇ ਕੋਲ ਚੋਗੂ ਨੂੰ ਦਾਨ ਲਿਜੇ। ਜਦੋਂ ਦੁਰਗਾ ਜਗਦੇਵ ਨੂੰ ਬਤਲਾਇਓ ਰੇ ਜਗਦੇਵ ਆਪਣੇ ਦੇਬਾ ਲੇਬਾ ਨੇ ਕਿਉਂ ਹੈ ਕਿ ਦਸ ਵਿਸ਼ ਦੇਸ਼ੋ ਕੇ ਆਜ ਕੇ ਦਿਨ ਤਾਰੋਂ ਬੁੱਢੋ ਮਾਰੋ ਕੋਈ ਸ਼ੇਠ ਕੋਈ ਦੁਕਾਨਦਾਰ ਕੇ ਭਗਵਾਨ ਕੌਣ ਹੋਵੇ, ਗ੍ਰਾਹਕ ਅਰ ਭਜਨ ਗਾਣੀ ਕੇ ਕੌਣ ਹੋਵੇ, ਮਾਰਾ ਤਾਂ ਪ੍ਰਭੂ ਜੀ ਬੈਠੇ ਹੋ, ਕੋਈ ਬਾਲਾ ਜੀ ਕੇ ਰੂਪ ਮੇਂ ਬੈਠੇ, ਕੋਈ ਕ੍ਰਿਸ਼ਨ ਕੇ ਰੂਪ ਮੇਂ ਬੈਠੇ, ਕਈ ਕਈ ਭੈਰੂ ਜੀ ਕੇ ਰੂਪ ਮੇਂ ਆਏ ਹੈ, ਤਾਰੋਂ ਬੁੱਢੋ ਆਜ ਆ ਹਕੀਕਤ ਬਾਤ ਹੈ। ਇੱਕ ਬਾਤ ਤੂੰ ਇਹ ਮਨ ਕਿਉਂ ਨੀ ਕਿਤੇ ਸਿਰ ਬਾਂਹ ਕਾ ਦਰਦ ਹੋਗੋ ਬੈਠੀ, ਮਾਂ ਬਾਪ ਕੋ ਬਿਨਾਂ ਤੋਂ ਟੈਨਸ਼ਨ ਮਤ ਲਿਆ ਕਰੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਾਹਿਬ ਧੰਨਵਾਦ। ਉਹ ਕਰੀ ਉਹ ਸੋਰੀ ਪੀਆਂ ਕੋ ਦਾਨ ਵੋ ਦਾ ਤਾਰਾ ਰੱਖਿਓ, ਭਰੀ ਸਭਾ ਮਹਿਮਾਨ ਵੋ ਦਾ ਤਾਰਾ ਖਾਰੀ ਜੁੜ ਮੈਂ ਬਿੜਦਾ ਕਰਤੇ ਚੰਦਰ ਵਰਦਾਈ ਜੀਆ ਰਾਜਾ ਪ੍ਰਥਵੀ ਰਾਜ ਸੁਹਾਨ ਬਿੜਦਾ ਹੋ ਬਿਆਂ ਬਿੜਦਾ ਹੂੰ ਕਿ ਅਤੀ ਮੈਂ ਕੰਮ ਚਲ ਜੀ ਤੋ। ਹਾਂ ਬਾਬਾ ਇਹ ਕੀ ਬਾਤ ਹੈ, ਤੋ ਵੀ ਵਡਾਈ ਤੋ ਕਰਨੀ ਸੀ, ਸੁਣੋ ਕੇ ਵਡਾਈ ਤੋ ਕਰਾਂ ਕਿ ਤਾਰੇ ਸੁਣੋ ਕੇ ਹੈ ਜਕੂੰ ਔਰ ਚੋਗੁਣੋ ਨਹੀਂ ਸੋਗੁਣੋ ਹੋਵੇ, ਤਾਰੇ ਸਵਾਸਥ ਵਧੀਆ ਰਹੇ, ਤਾਰੇ ਅੰਨ ਧਨ ਕਾ ਭੰਡਾਰ ਭਰਿਆ ਪੜਿਆ ਰਹੇ, ਥਾਰੋ ਦਿੱਲੀ ਮੇ ਵੀ ਸ਼ੋਰੂਮ ਹੋਵੇ, ਬੰਬਈ ਮੇ ਵੀ ਹੋਵੇ। ਅਰ ਇਹਦੇ ਜਗ੍ਹਾ ਕਿਉਂ ਨਹੀਂ ਦੀ, ਸੁਣੋ ਮੇਰੀ ਬਾਤ ਸੁਣੋ, ਅਜੀਤ ਸਿੰਘ ਕਿਉਂ ਨਹੀਂ ਦੀ ਬਨ ਕੇ ਕਿਸ਼ਾ, ਜੁਗ ਜੁਗ ਜਿਓ ਜੁਜਮਾਨ ਨੈਣ ਥਾਰਾ ਦੋਨੂ ਫੁੱਟੋ ਪੜੋ ਦਰੜਕ ਮਾਏ। ਤਾਂ ਤੁਹਾਨੂੰ ਸੁਣੀ ਕੋ ਨੀ ਗਏ ਹੋਰ, ਤਾਂ ਦਸ ਵੀਸ ਰੁਪਿਆ ਤਾਂ ਕੋਈ ਜੀ ਰਾਖਤਾ ਹੀ ਹੋਗਾ, ਕਾਢਿਓ ਬੱਠੂ ਅੰਦਰ ਸਟਾਈਲ ਹੋ ਹੈ ਕੋਨਜੋ ਨਾ ਦੇ ਕੋਈ ਬਾਤ ਰੁਪਿਆ ਤਾਂ ਮੈਂ ਤਾਰਾ ਕੋਨੀ ਲੈਸ ਕਾ, ਪਰ ਉਹ ਕੰਮ ਤਾਂ ਕਰੀ ਦੇ ਜੁਗ ਜੁਗ ਜੀਓ। ਔਰ ਕੋਈ ਨੀ ਤਾਂ ਬਰਜੋ ਤਾਂ ਕੋਈ ਨੀਕ ਹੈ ਤਾਰੋ ਕਦੇ ਕੋਈ ਨੀ ਦੀੜੋ ਕੋਈ ਜਿਹੜਾ ਕੋਈ ਦਿਓ ਕਹੇ ਹਾਂ ਜਿਹੜਾ ਠੀਕ ਹੈ ਜਿਹਨਾਂ ਤੋਂ ਸੁਣੋ ਕਿ ਲੀਕ ਨੇ ਪੂਰੀ ਨੀ ਪੀਟੀ ਉਹ ਕੋਈ ਬਾਤ ਕੋਈ ਨੀ। ਤੋ ਦੁਰਗਾ ਨੇ ਜਗਦੇਵ ਘਰਾਂ ਲੈ ਜਾਇਆ ਹੈ, ਲੇਕਿਨ ਜਗਦੇਵ ਕੋ ਮੁੰਡੋ ਛੋਟੋ ਸੋ ਜਾ। ਔਰ ਲਿਰ ਬਰਾ ਕੇ ਦੁਰਗਾ ਨੇ ਜਗਦੇਵ ਕੇ ਕਹਿ ਰੱਖੀ ਬਾਰਤਾ ਬਣੇ ਰੱਖੀ ਆਪਣੀ ਰਾਮ ਸਭਾ ਸੁਣੇ। ਬਹੁਤ ਬਹੁਤ ਧੰਨਵਾਦ ਸਾਹਿਬ, 500 ਰੁਪਇਆ ਦੇ ਕੇ ਗਏ, ਇੱਕ ਮਾਂ ਵੀ ਇੱਕ ਹੈ ਮੇਰਾ ਇੱਕ ਲਕਾਈ ਕਿ ਕਨ ਖੜਕਾਈ ਨਾ ਨਾ ਮੈਂ ਕੌਣ ਜਾਣੂ ਤਾਰੇ ਮੁੰਡਾ ਹੀ ਨਿਆਏ ਹੈ, ਮੇਰੀ ਬਾਤ ਤੋਂ ਸੁਣੋ, ਮੇਰੀ ਬਾਤ ਤੋਂ ਸੁਣੋ, ਇਹ ਕਨ ਖੜਕਾਈ ਜੇ ਤੋ ਮਨ ਤੋ ਇੱਕ ਰੁਪਇਓ ਇੱਦੀ ਗੁਨੀ ਮੇਰਾ ਇੱਕ ਲਕਾਈ ਨੇ ਦੇਹਾ ਕੇ ਹੀ ਕਨ ਖੜਕ। ਬਹੁਤ ਬਹੁਤ ਧੰਨਵਾਦ ਸਾਹਿਬ, ਸੁਣੋਗੇ ਬਹੁਤ ਬਹੁਤ ਧੰਨਵਾਦ। ਕਹਿੰਦੇ ਦੇਖੇ ਬਚਨੇ ਦੀਏ ਸੋ ਧਨੇ ਰੇ ਸੱਸ ਬਤਾਵਾ, ਅਸਗੜਾ ਇੱਕ ਪੱਟੀ ਪਡੇੜਾ ਹੀ ਬਮਾਈ ਕਾਲਾ ਵੀ ਇੱਕ ਮੈਂ ਸ਼ਾਮਿਲੀ ਐ ਐ ਐ ਦੋਨੋਂ ਹੀ ਨਾ ਐ ਵੀ ਆਰ ਐ ਬਾਇਆ ਵੀ ਕੀ ਹੋ ਕਿ ਬਜਾਓ ਕੋ ਨਹੀਂ ਮੈਂ ਬਾਤ ਮੈਂ ਹੀ ਖੱਗੇ ਸ਼ੂ ਹੋ ਮੈਂ ਤਾਂ ਬਜਾਓ ਤਨ ਤਾਰੀ ਮਾਕੀ ਸ਼ੋਗ ਨਹੀਂ ਜੇ ਬਜਾਏ ਹੋ ਤੋ। ਸੁਣੋ ਅਬ ਤੋ ਗਣੀ ਗਈ ਥੋੜੀ ਔਰ ਦੋ ਤੋ ਬਜੇਗਾ ਟੱਕੋ ਇਹ ਕੀ ਕਹਿੰਦੇ ਹਾਂ ਕਿ ਜੀ ਇੱਕ ਲੋ ਹੀ ਲੈ ਲੈ ਸ਼ੂ ਮੈਂ ਤੇ ਤਾਰਾ ਬਸ ਸੋਜੋ ਚਾਹ ਸ਼ੂ ਕਿ ਦੋ ਤੋ ਬਜੇਗੀ ਕੇ ਹਾਂ ਜਾਗਣ ਨੂੰ ਤਾਂ ਕੋਈ ਲਾਗ ਹੈ ਹਾਂ ਮਾਲ ਮਾਲ ਬਾਪੂ ਕੋਈ ਉਹਨੇ ਬੋਲੇ ਪੰਦਰ ਕੀ ਕਰਿਆ ਸੁਣਾ ਕਿ ਚੁੱਤੀ ਦਿੱਲੀ ਲੈ ਹਮ ਕਿਉਂ ਭੀੜ ਵੇਲੀ ਕਰਵਾਂਗੇ ਹੈ ਹਾਂ ਜਾਗਣ ਨੂੰ ਤਾਂ ਲਾਗ ਹੀ ਕੋਕ ਨਹੀਂ ਮੈਂ ਮੇਰੀ ਕੋ ਨਹੀਂ ਕੂੰ ਇੱਕੇ ਮੈਂ ਬਜਾਵਾਂ ਕੋ ਨਹੀਂ ਅਬੇ ਇੱਕੇ ਹੈ ਹਾਂ ਅਜੇ ਦੋ ਬਸ ਆ ਲਾਸਟ ਕੜੀ ਹੋ ਰਹੀ ਕੀ ਔਰ ਫਿਰ ਦੋ ਕੜੀ ਐਮ ਦਾ ਕੇ ਵੀ ਸੁਣਾ ਸ਼ਾ ਔਰ ਬਿਲਕੁਲ ਰੁਪਿਆ ਸੋਦੀ ਆਈ ਤਾਰੋ ਤੋਂ ਫਰਜ਼ ਵੀ ਬਣਾ ਤਾਰੀ ਫਰਮਾਇਸ਼ ਪਹਿਲਾਂ ਸੁਣੋ ਕਿ ਪਹਿਲਾਂ ਉਹ ਬੋਫੀ ਫੜਬਾਸਤੀ ਨੇ ਮੈਂ ਗਾਣੂ ਚੇਂਜ ਕਰਿਆ 100 ਰੁਪਿਆ ਐ ਦੂ ਔਰ ਕਹਤਾ ਦੂ ਗਾਣੂ ਚੇਂਜ ਕਰ ਦੇਤੀ ਬੋਫੀ ਸੁਣੋ ਕਿ ਤੇ ਤਾਰੀ ਇਜਾਜ਼ਤ ਹੋਵੇ ਨਹੀਂ ਤਾਂ ਤੋ ਇਹ ਦੋ ਕੜੀ ਕਹਿ ਦੂੰ ਔਰ ਨਹੀਂ ਤੇ ਰੁਪਿਆ ਸੋਦੀ ਆਣਾ ਪਹਿਲਾਂ ਚੇਂਜ ਕਰੂੰਗਾ ਬਿਲਕੁਲ ਬਿਲਕੁਲ ਕਸ਼ੂ ਕੌਣ ਸਾ ਗਾਮ ਕਹੋ ਬਲਾਲ ਅੱਛਾ ਅੱਛਾ ਸਰਦਾਰ ਸਰਤੇ ਸਿਲਮ
भाले दी के सरदार सर तहसील पड़े मैं तो गेड़ो तो हाथ को नहीं आ कोई बात को नहीं ठीक है साहब छोड़ो नरेंद्र मोदी तड़के तो आवे ही है के जब इन नक्शो बता के आए देश देश बता के परसों को नहीं हुआ आज 25 हो गई ही थे एक काट लियो और दूसरा न खोलियो एक सही क्या हो सकता जगदेव दुर्गा ने कहे दुर्गा ने घर ले जाए और लीर बना के दुर्गा ने जगदेव कहे ऐसो तो दान माजी काई था न देसु जासु राजा जयचंदार आया की के चीज है मेरे कने भाई यदि मैं तने दान में दे दू तो राजा जयचंदार जा जगदेव खड़ा गयो मैया वो राजा है मैं भी को नौकरू मैं एक दू तो राजा जयचंद दे आज हार मैं तने एक रुपये दू बो जा रुपया दे दे भी का कोई फर्क नहीं पड़े मैं एक दू तो राजा जयचंद दे आज हार और मैं 10 दू तो वो दे 10 लाख पर अंत में मेरी हार की हार मैं बिन जीत नहीं सकू दुर्गा कहना गिरे जगदेव तू एक चीज जो जीत सके बोले बा कौन सी बोले यहां तो तने बताऊ नहीं यहां तो तू दान में देर नहीं दी पहले यदि वचन दे दी तो वह चीज मत नशे बता दो तो जगदेव दुर्गा ने वचन देखे कि वचन देऊ मैया वचन वचन देऊ इन हाथ आज मैं उजत नहीं साक्षी रघु नाते भगवान साक्षी है उसी की चीज मत न जरूर दान में देशो तो राजा जयचंद जीतने के लिए और दुर्गा जगदेव ने दान बताओ है और क्या को दान बताओ रखी बार था बने रखी अपनी राम सभा